ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਲੁਧਿਆਣਾ 'ਚ ਵੀ ਭਾਰੀ ਬਾਰਿਸ਼ ਦੇ ਨਾਲ ਗੜੇਮਾਰੀ ਹੋਈ ਹੈ, ਜਿਸ ਕਰਕੇ ਮੌਸਮ ਤਾਂ ਸੁਹਾਵਣਾ ਹੋ ਗਿਆ ਹੈ ਪਰ ਨਾਲ ਹੀ ਠੰਡ 'ਚ ਵਾਧਾ ਹੋਇਆ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਂਹ ਪੈਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ 'ਚ ਵੀ ਵਾਧਾ ਹੋ ਰਿਹਾ ਹੈ। ਮਹਾਨਗਰ ਲੁਧਿਆਣਾ 'ਚ ਇਸ ਵਾਰ ਰਿਕਾਰਡ ਤੋੜ ਬਾਰਿਸ਼ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਹੋਈ ਬਰਸਾਤ ਨੇ ਸਾਲ 1970 ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਕਹਿਣ ਤੱਕ ਇਸ ਫਰਵਰੀ ਦੇ ਪਹਿਲੇ ਹਫ਼ਤੇ 43.4 ਮਿਲੀਲੀਟਰ ਬਰਸਾਤ ਹੋਈ ਹੈ, ਜਿਸ ਨੂੰ ਕਣਕ ਦੀ ਫਸਲ ਲਈ ਲਾਹੇਮੰਦ ਮੰਨਿਆ ਜਾ ਰਿਹਾ ਹੈ। ਪਰ ਇਸ ਦੇ ਨਾਲ ਹੀ ਲਗਾਤਾਰ ਪੈ ਰਹੇ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਚੁੱਕਾ ਹੈ, ਜਿਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 4 ਘੰਟਿਆਂ 'ਚ ਬਾਰਿਸ਼ ਇਸੇ ਤਰ੍ਹਾਂ ਹੀ ਦੇਖੀ ਜਾ ਸਕਦੀ ਹੈ। ਪੂਰੇ ਪੰਜਾਬ ਦੇ ਵਿੱਚ ਕੱਲ੍ਹ ਸ਼ਾਮ ਤੋਂ ਬੱਦਲਵਾਈ ਸਟਾਰਟ ਹੋਈ ਸੀ ਅਤੇ ਨਾਲ ਬਾਰਿਸ਼ ਦਾ ਮੌਸਮ ਸਟਾਰਟ ਹੋਇਆ ਹੈ। ਕਾਫੀ ਥਾਵਾਂ 'ਤੇ ਬਾਰਿਸ਼ ਦੀ ਇੰਸੀਡੈਂਟਸ ਹੋ ਚੁੱਕਾ ਹੈਗਾ ਹੈ, ਕਈ ਥਾਵਾਂ 'ਤੇ ਗੜਿਆਂ ਦੀ ਵੀ ਆਈ ਹੈਗੀ ਹੈ ਰਿਪੋਰਟਸ। ਸਾਡੇ ਇੱਥੇ ਲੁਧਿਆਣਾ ਖੇਤੀ ਮੌਸਮ ਵਿਭਾਗ ਦੇ ਵਿੱਚ ਜਿਹੜੀ ਓਬਜ਼ਰਵੇਟਰੀ ਹੈ 1970 ਵਿੱਚ ਸੈਟਅਪ ਹੋਈ ਸੀ ਅਤੇ ਅਜੇ ਤੱਕ ਫਰਵਰੀ ਦੇ ਪਹਿਲੇ ਹਫ਼ਤੇ 'ਚ 1 ਤੋਂ 6 ਫਰਵਰੀ ਤੱਕ ਰਿਕਾਰਡ ਰੇਨਫੋਲ ਰਿਕਾਰਡ ਹੋਈ ਹੈ, ਜਿਹੜੀ ਹੈ 43.4 ਮਿਲੀਮੀਟਰ। ਅਜੇ ਤੱਕ ਇੰਨੀ ਜ਼ਿਆਦਾ ਰੇਨਫੋਲ ਇਹਨਾਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਨਹੀਂ ਰਿਕਾਰਡ ਕੀਤੀ ਗਈ। ਉਸ ਤੋਂ ਪਹਿਲਾਂ 1992 ਦੇ ਵਿੱਚ ਹੋਈ ਸੀ ਇੱਕ ਵਾਰੀ 28.1, ਅਤੇ ਜਿਹੜੀ 43.4 ਹੈ ਉਹ ਉਸ ਤੋਂ ਨੀਅਰਲੀ ਡਬਲ ਹੀ ਹੈ ਅਤੇ ਉਹ ਰਿਕਾਰਡ ਕੀਤੀ ਗਈ ਹੈ। ਜਿਹੜੀ ਇਹ ਬਾਰਿਸ਼ ਦੀ ਫੋਰਕਾਸਟ ਹੈ, ਅਸੀਂ ਪਿਛਲੇ 2 ਦਿਨਾਂ ਤੋਂ ਇਹਦੀ ਦੇ ਰਹੇ ਸੀ ਰਿਪੋਰਟ ਕਿ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ ਹੈ, ਕਿਉਂਕਿ ਉਹ ਜਿਹੜਾ ਵੈਸਟਰਨ ਡਿਸਟਰਬੈਂਸ ਆ ਰਿਹਾ ਉਹ ਥੋੜ੍ਹਾ ਅਰੇਬੀਅਨ ਸੀ ਤੋਂ ਵੀ ਉਹਨੇ ਮੋਇਸਚਰ ਗੇਨ ਕੀਤਾ ਅਤੇ ਜਦੋਂ ਅੱਗੇ ਨੂੰ ਮੂਵ ਕੀਤਾ ਹੈ ਹਰਿਆਣਾ ਪੰਜਾਬ ਅਤੇ ਹੋਰ ਜਿਹੜੇ ਪਲੇਨ ਏਰੀਆਜ਼ ਨੇ ਉਹਦੇ ਵਿੱਚ ਸੀ ਕਿ ਇੱਕ ਤੇਜ਼ ਹਵਾਵਾਂ ਦੀ ਫੋਰਕਾਸਟ ਸੀ, ਬਾਰਿਸ਼ ਦੀ ਸੀ ਮੀਡੀਅਮ ਮੋਡਰੇਟ ਰੇਨਫੋਲ ਦੀ, ਅਤੇ ਨਾਲ ਦੇ ਨਾਲ ਸੀ ਕਿ ਕਿਤੇ ਕਿਤੇ ਹੇਲ ਸਟ੍ਰੋਂਗ ਵੀ ਹੋ ਸਕਦਾ ਹੈ, ਅਤੇ ਕੱਲ੍ਹ ਸ਼ਾਮ ਤੋਂ ਹੀ ਕਾਫੀ ਥਾਵਾਂ ਤੋਂ ਰਿਪੋਰਟ ਆਈ ਹੈ ਕਿ ਬਾਰਿਸ਼ ਵੀ ਹੋ ਰਹੀ ਹੈ ਅਤੇ ਨਾਲ ਹੇਲ ਸਟ੍ਰੋਂਗ ਵੀ ਹੋਇਆ ਹੈ। ਜਿਹੜੀ ਸਾਡੀ ਪੰਜਾਬ ਦੀ ਪ੍ਰਮੁੱਖ ਫਸਲ ਹੈ ਕਣਕ ਹੈ, ਉਹ ਇਸ ਵੇਲੇ ਕਿਉਂਕਿ ਅਜੇ ਉਹਦੇ 'ਚ ਦਾਣੇ ਨਹੀਂ ਬਣੇ ਆ, ਵੈਜੀਟੇਟਿਵ 'ਚ ਹੀ ਹੈ, ਬਟ ਉਹ 'ਚ ਸਿੱਟੇ ਬਣਨੇ ਸ਼ੁਰੂ ਹੋ ਗਏ ਆ ਕਿਤੇ ਕਿਤੇ। ਸੋ ਫਿਲਹਾਲ ਇਹ ਜਿਹੜੀ ਬਾਰਿਸ਼ ਹੈਗੀ ਹੈ ਇੰਨੀ ਕੁ ਜੇ ਪੈਂਦੀ ਹੈ ਅਤੇ ਉਹ ਲਾਹੇਵੰਦ ਹੀ ਹੈ ਕਣਕ ਦੀ ਫਸਲ ਵਾਸਤੇ। ਇਹ ਜਿਹੜਾ ਸਿਸਟਮ ਹੈ ਅਜੇ ਆਉਣ ਵਾਲੇ 24 ਘੰਟੇ ਇਸ ਤਰ੍ਹਾਂ ਹੀ ਐਕਟਿਵ ਰਹੇਗਾ ਅਤੇ ਕੱਲ੍ਹ ਤੱਕ ਉਮੀਦ ਹੈ ਕਿ ਇਸ ਤਰ੍ਹਾਂ ਦੀ ਥੋੜ੍ਹੀ ਬਾਰਿਸ਼ ਹੁੰਦੀ ਰਹੇਗੀ, ਕੱਲ੍ਹ ਤੱਕ ਉਹਦੀ ਇੰਟੈਂਸਿਟੀ ਘਟੇਗੀ ਅਤੇ ਪਰਸੋਂ ਤੱਕ ਕਲੀਅਰ ਹੋਣ ਦੇ ਚਾਂਸਿਸ। ਲੁਧਿਆਣਾ ਤੋਂ ਜਸਵੀਰ ਸਿੰਘ ਜੱਸੀ ਦੀ ਰਿਪੋਰਟ, ਪੰਜਾਬ ਟੂਡੇ।